ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਦੇ ਵਿੱਚ ਇੱਕ ਮੰਦਭਾਗੀ ਘਟਨਾ ਘਟੀ ਹੈ ਜਿਸ ਦੇ ਵਿੱਚ ਦੋ ਬੱਚਿਆਂ ਦੀਆਂ ਲਾਸ਼ਾਂ ਸਰੋਵਰ ਦੇ ਵਿੱਚੋਂ ਤੈਰਦੀਆਂ ਹੋਈਆਂ ਮਿਲੀਆਂ ਨੇ। ਮੈਂ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਂ, ਜਿਸ ਗੁਰਦੁਆਰਾ ਸਾਹਿਬ ਕਾਫੀ ਪੁਰਾਣਾ ਔਰ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ, ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਔਰ ਇਸੇ ਸਰੋਵਰ ਦੇ ਵਿੱਚ ਦੋ ਲਾਸ਼ਾਂ ਨੇ ਜਿਹੜੀਆਂ ਤੈਰਦੀਆਂ ਹੋਈਆਂ ਮਿਲਦੀਆਂ ਨੇ, ਜਿਸ ਦੀ ਜਾਣਕਾਰੀ ਹੈ ਪੁਲਿਸ ਨੂੰ ਦਿੱਤੀ ਗਈ ਹੈ। ਪਰ ਮੌਕੇ 'ਤੇ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਦੋਨੋਂ ਬੱਚੇ ਨੇ ਕੱਲ੍ਹ ਦੇਰ ਸ਼ਾਮ ਨੂੰ ਘਰੋਂ ਮੇਲਾ ਵੇਖਣ ਦੇ ਲਈ ਆਉਂਦੇ ਨੇ। ਹਾਲਾਂਕਿ ਇਹਨਾਂ ਦੇ ਨਾਲ ਦੋ ਤਿੰਨ ਬੱਚੇ ਹੋਰ ਸੀ, ਪੰਜ ਬੱਚੇ ਟੋਟਲ ਘਰੋਂ ਜਾਂਦੇ ਨੇ, ਤਿੰਨ ਬੱਚੇ ਵਾਪਸ ਆ ਜਾਂਦੇ ਨੇ ਅਤੇ ਦੋ ਬੱਚੇ ਆ ਜਿਹੜੇ ਉਹ ਲਾਪਤਾ ਹੋ ਜਾਂਦੇ ਨੇ। ਸਾਰੀ ਰਾਤ ਪੁਲਿਸ ਲੱਭਦੀ ਰਹਿੰਦੀ ਹੈ, ਪਰਿਵਾਰ ਲੱਭਦਾ ਰਹਿੰਦਾ, ਪਰੰਤੂ ਉਹਨਾਂ ਦੋਨੇ ਬੱਚਿਆਂ ਦੀਆਂ ਲਾਸ਼ਾਂ ਇਸ ਪਵਿੱਤਰ ਸਰੋਵਰ 'ਚੋਂ ਮਿਲੀਆਂ ਨੇ, ਤਾਂ ਕਰਕੇ ਪਰਿਵਾਰ ਹੈ ਕਾਫੀ ਸਾਰੇ ਸਵਾਲ ਖੜ੍ਹੇ ਕਰ ਰਿਹਾ। ਪਰ ਜਿਹੜੀ ਘਟਨਾ ਘਟੀ ਹੈ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆਪਣੇ ਨਾਲ ਨੇ, ਬਾਈ ਜੀ ਬੜੀ ਮੰਦਭਾਗੀ ਘਟਨਾ ਖਾਲਸਾ ਜੀ ਘਟੀ ਹੈ ਇੱਥੇ, ਕੀ ਕਹੋਗੇ ਇਸ ਘਟਨਾ ਬਾਰੇ? ਬਹੁਤ ਹੀ ਮੰਦਭਾਗੀ ਘਟਨਾ ਜੀ, ਕਿਸੇ ਦੇ ਧੀ ਪੁੱਤ ਬੱਚੇ ਔਰ ਜਿਹਦਾ ਪਰਿਵਾਰ ਵੀ ਦੱਸਦੇ ਗਰੀਬ ਪਰਿਵਾਰ ਨੂੰ ਬਿਲੋਂਗ ਕਰਦੇ ਸੀ ਵਿਚਾਰੇ ਬੱਚੇ, ਔਰ ਕਿਸੇ ਤਰੀਕੇ ਨਾਲ ਜੋ ਉਹ ਡੁੱਬ ਕੇ ਮਰ ਗਏ, ਤਾਂ ਬੜਾ ਮੰਦਭਾਗੀ ਘਟਨਾ ਜੀ, ਬੜਾ ਦੁੱਖ ਹੈ ਇਸ ਗੱਲ ਦਾ। ਕੀ ਪਤਾ ਕੀ ਲੱਗਿਆ, ਕਦੋਂ ਪਤਾ ਲੱਗਿਆ ਕਿ ਡੈੱਡ ਬੋਡੀਆਂ ਤੈਰ ਰਹੀਆਂ ਸੀ ਸਰੋਵਰ ਦੇ ਵਿੱਚ, ਔਰ ਕੀ ਜਾਣਕਾਰੀ ਤੁਸੀਂ ਖੁਦ ਮੌਕੇ 'ਤੇ ਆਏ ਹੋ, ਕੀ ਕੁਛ ਵੇਖਿਆ? ਅਸੀਂ ਤਾਂ ਦੇਖਿਆ ਜੀ, ਸ਼ਾਮ ਨੂੰ ਤਾਂ ਰੋਜ਼ ਗੁਰਦੁਆਰਾ ਸਾਹਿਬ ਰੂਟੀਨ 'ਚ ਹੀ 8-9 ਵਜੇ ਦੇ ਕਰੀਬ ਅਸੀਂ ਦਰਬਾਰ ਸਾਹਿਬ ਜਾਂਦੇ, ਉਸ ਟਾਈਮ ਤਾਂ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਸੀ, ਔਰ ਨਾ ਹੀ ਇਸ ਬਾਰੇ ਕੋਈ ਧਿਆਨ, ਜੇ ਫਿਰ ਜੇ ਧਿਆਨ ਹੋਵੇ ਤਾਂ ਫਿਰ ਹੀ ਬੰਦਾ ਚੈੱਕ ਕਰਦਾ, ਹੈ ਨਾ। ਤਾਂ ਪਰ ਸਵੇਰੇ ਜਦੋਂ ਆਏ ਹਾਂ, ਸਾਡੇ ਕਿਸੇ ਬੰਦੇ ਨੇ ਦੱਸਿਆ ਕਿ ਉੱਥੇ ਇਸ ਤਰ੍ਹਾਂ ਦੀ ਕੋਈ ਲਾਸ਼ ਹੈ ਜਾਂ ਮੁੰਡੇ ਗੁੰਮ ਹੋਏ ਨੇ, ਉਹਨਾਂ ਨੇ ਆ ਕੇ ਜਦੋਂ ਦੇਖਿਆ ਕਿ ਕੱਢਿਆ ਗਿਆ ਤਾਂ ਮੁੰਡਾ ਪਾਇਆ ਗਿਆ, ਉਸ ਤੋਂ ਬਾਅਦ ਕੱਢਦੇ ਦੌਰਾਨ ਇੱਕ ਲਾਸ਼ ਹੋਰ ਉੱਪਰ ਆ ਗਈ, ਉਹੀ ਉਹਦਾ ਭਰਾ ਹੀ ਸੀ ਸਕਾ। ਤਾਂ ਉਹਨਾਂ ਦੇ ਘਰਦਿਆਂ ਦੇ ਦੱਸਣ ਦੇ ਹੈ ਕਿ ਸਾਡੇ ਬੱਚੇ ਕੱਲ੍ਹ ਤੋਂ ਲਾਪਤਾ ਸੀਗੇ, ਔਰ ਜਿਹੜਾ 5-6 ਬੱਚੇ ਕਹਿੰਦੇ ਇਕੱਠੇ ਸੀਗੇ, ਔਰ ਦੂਜਿਆਂ ਨੇ ਸਾਨੂੰ ਦੱਸਿਆ ਵੀ ਨਹੀਂ ਕਿੱਥੇ ਹੈ, ਅਤੇ ਭਾਲਦੇ ਭਲਾਉਂਦੇ ਉਹ ਆਏ ਸੀ, ਤਾਂ ਕੁਦਰਤੀ ਛੱਡਣ ਲਈ ਕਿ ਪਤਾ ਨਹੀਂ ਕਿਵੇਂ ਉਹ ਪੈਰ ਫਿਸਲ ਕੇ ਜਾਂ ਕਿਵੇਂ ਹੁਣ ਡੁੱਬੇ ਹੋਣਗੇ ਉਹ ਤਾਂ ਵਾਹਿਗੁਰੂ ਨੂੰ ਪਤਾ, ਪਰ ਫਿਰ ਉਹ ਇੱਥੋਂ ਪਾਏ ਗਏ ਤਾਂ ਅਸੀਂ ਕਢਵਾਇਆ। ਕੋਈ ਸੇਵਾਦਾਰ ਮੱਧਦਾਸ ਜੀ ਨਹੀਂ ਸੀ ਇੱਥੇ ਜਿਹਨੇ ਵੇਖਿਆ ਹੋਵੇ ਬੱਚੇ ਆਉਂਦੇ ਜਾਂਦੇ, ਹਾਲਾਂਕਿ ਨਾਲ ਦੀਵਾਰਾਂ ਨੇ, ਬਾਹਰ CCTV ਲੱਗੇ ਹੋਏ ਨੇ, ਕਿਸੇ ਨੇ ਵੇਖੇ ਨੇ ਬੱਚੇ ਆਉਂਦੇ? ਸੇਵਾਦਾਰ ਪੱਖੋਂ ਤਾਂ ਜੀ ਸਾਰੇ ਇੱਥੇ ਬੈਠੇ ਹੁੰਦੇ, ਸਾਡੇ ਸਿੰਘ ਲਗਭਗ ਮੂਹਰੇ ਬੈਠੇ, ਦੇਗ ਮੰਡਲ ਵਾਲਾ ਸਿੰਘ ਕੋਲੇ ਬੈਠਾ ਹੁੰਦਾ, ਇੱਥੇ ਅਕਸਰ ਹੀ ਮੱਸਿਆ ਵਾਲਾ ਮੇਲਾ ਭਰਦਾ, ਸੰਗਤ ਆਉਂਦੀ ਹੈ, ਇਸ਼ਨਾਨ ਕਰਦੀ ਜਾਂਦੀ ਹੈ, ਬੱਚੇ ਆਪਦੇ ਪੇਰੈਂਟਸ ਨਾਲ ਹੀ ਆਉਂਦੇ ਮੋਸਟਲੀ, ਪਰ ਜੇ ਕੋਈ ਇਕੱਲਾ ਬੱਚਾ ਆ ਗਿਆ ਜਾਂ ਕਿਸੇ ਤਰੀਕੇ ਨਾਲ ਆ ਗਿਆ, ਉਹ ਇਸ਼ਨਾਨ ਕਰ ਰਿਹਾ ਸੀ, ਬਾਕੀ ਪ੍ਰਬੰਧਕਾਂ ਵੱਲੋਂ ਜਿਵੇਂ ਜਿਵੇਂ ਸਾਡੇ ਮਾਈ ਆ ਹੋਰ ਪ੍ਰਬੰਧਕ, ਉਹਨਾਂ ਨੇ ਆਪਦੇ ਵੱਲੋਂ ਸ਼ਾਮ ਨੂੰ ਅਸੀਂ ਚੈੱਕ ਵੀ ਕਰਦੇ ਹਾਂ, ਉਸ ਦੌਰਾਨ ਤਾਂ ਕੋਈ ਇਹੋ ਜਿਹੀ ਘਟਨਾ ਨਹੀਂ। ਕਿਸ ਹਾਲ 'ਚ ਲਾਸ਼ਾਂ ਤੁਸੀਂ ਖੁਦ ਵੇਖੀਆਂ ਨੇ, ਕੁਛ ਵੀਡੀਓ ਦਿਖਾ ਰਹੇ ਸੀ ਮੈਨੂੰ, ਕਿਸ ਹਾਲ 'ਚ ਕਦੋਂ ਬੱਚਿਆਂ ਦੀ ਲਾਸ਼ਾਂ? ਜਿਵੇਂ ਭਿੱਜ ਕੇ ਮੌਤ ਹੁੰਦੀ ਹੈ ਪਾਣੀ ਨਾਲ, ਉਹਨਾਂ ਦੀ ਮੌਤ ਹੋਈ ਹੋਈ ਸੀਗੀ, ਔਰ ਗਾਰਾ ਗੂਰਾ ਉਹਨਾਂ ਦੇ ਜਿਵੇਂ ਡੁੱਬਣ ਨਾਲ ਥੱਲੇ ਲੱਗਿਆ, ਉਹ ਲੱਗਿਆ ਹੋਇਆ ਸੀ ਉਹਨਾਂ ਦੇ, ਲੱਗਦਾ ਇਸ਼ਨਾਨ ਕਰਨ ਤਾਂ ਨਹੀਂ ਆਏ ਲੱਗਦੇ, ਕਿਉਂਕਿ ਕੱਪੜੇ ਉਹਨਾਂ ਦੇ ਪਾਏ ਸੀ, ਪਰਿਵਾਰ ਵੀ ਇਹ ਸਵਾਲ ਖੜ੍ਹੇ ਕਰ ਰਹੇ ਕਿ ਇਸ਼ਨਾਨ ਨਹੀਂ ਕਰ ਰਹੇ ਸੀ, ਹੋ ਨਾ ਹੋਵੇ ਕਿਤੇ ਬੱਚਿਆਂ ਦਾ ਕਤਲ ਨਾ ਕਿਸੇ ਨੇ ਕਰਤਾ ਹੋਵੇ। ਨਹੀਂ ਦੇਖੋ, ਇਹ ਤਾਂ ਹੁਣ ਵਾਹਿਗੁਰੂ ਨੂੰ ਪਤਾ ਜੀ, ਗੈਰ ਰਸਮੀ ਤਰੀਕੇ ਨਾਲ ਦੇਖੀਏ ਤਾਂ ਉਹ ਬੱਚੇ ਕੇ ਵੀ ਦੇਖੋ, ਇਹ ਸਰੋਵਰ ਆ ਪੁਰਾਣਾ ਪਿੰਡ ਦਾ ਸਾਈਡ ਕਰਕੇ, ਇਹਦੀ ਥੋੜ੍ਹੀ ਓਪਨਲੀ ਜਗ੍ਹਾ ਜ਼ਿਆਦਾ ਹੋਣ ਕਰਕੇ, ਤਾਂ ਕਿਤੇ ਨਾ ਕਿਤੇ ਵੀ ਉਸਦਾ ਬੱਚੇ ਇਸ਼ਨਾਨ ਕਰਨ ਦੇ ਬਾਰੇ ਗਰਮੀ 'ਚ ਆ ਵੀ ਜਾਂਦੇ ਆ, ਕੋਈ ਇਸ ਗੱਲ ਤੋਂ ਦੋ ਮੁਨਕਰ ਨਹੀਂ ਕਹਿ ਸਕਦੇ, ਅਸੀਂ ਬੜੇ ਵਾਰੀ ਭੇਜਦੇ ਵੀ ਰਹਿੰਦੇ ਇੱਥੋਂ, ਹੈ ਨਾ, ਕੋਈ ਪੇਰੈਂਟਸ ਵੀ ਕਹਿੰਦੇ ਵੀ ਭਾਈ ਬੱਚਾ ਨਾ ਆ ਜਾਵੇ, ਤਾਂ ਸਰੋਵਰ 'ਚ ਪਾਣੀ ਬਾਰਿਸ਼ ਕਰਕੇ ਭਰਨ ਕਰਕੇ ਉਹ ਇਸ਼ਨਾਨ ਕਰਨ ਦੇ ਤਰੀਕੇ ਨਾਲ ਆਏ ਜਾਂ ਬੱਚੇ ਕਿਵੇਂ ਖੇਡਣ ਦੇ ਪਾਣੀ CCTV ਨਜ਼ਰ ਨਹੀਂ ਆਏ ਹੁਣ ਤੱਕ? ਹਾਂਜੀ, CCTV ਦੇ ਵਿੱਚ ਉਹ ਇਸ ਤਰੀਕੇ ਤੋਂ ਮੇਨ ਗੇਟ ਤੋਂ ਪਹਿਲਾਂ ਕਦੇ ਦਿਨੇ ਆਏ ਹੋਣ ਤਾਂ ਕੀ ਆਖਣਾ, ਪਰ ਸ਼ਾਮ ਨੂੰ ਜਿਸ ਟਾਈਮ ਘਟਨਾ, ਮਤਲਬ ਰਾਤ ਦੀ ਗੱਲ ਕਰੀਏ ਤਾਂ ਸ਼ਾਮ ਨੂੰ ਉਹ ਨਹੀਂ ਲੰਘੇ ਉੱਥੋਂ ਦੀ। ਭਾਈ ਜੀ, ਕਿੰਨੀ ਮੰਦਭਾਗੀ ਘਟਨਾ ਨਗਰ 'ਚ ਘਟ ਗਈ ਹੈ, ਵੇਖ ਰਿਹਾ ਸੀ ਕਿ ਦੋਵੇਂ ਸਕੇ ਭਰਾ ਸੀਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਹਾਂਜੀ, ਅੱਜ ਸਵੇਰ ਰੂਟੀਨ ਦੀ ਤਰ੍ਹਾਂ ਤੜਕੇ ਉੱਠੇ ਸੀਗੇ, ਅਤੇ ਇਸ ਲੋਟ ਮੈਂਬਰਾਂ ਨੇ, ਮੈਂਬਰ ਸਾਹਿਬਾਨ ਨੇ ਅਤੇ ਲੋਕਾਂ ਨੇ ਗੱਲ ਜਾਣੀ ਕਿ ਦੱਸੀ, ਜਦੋਂ ਬਹੁਤ ਮੈਨੂੰ ਦੁੱਖ ਹੋਇਆ, ਅਤੇ ਜਿਹੜੇ ਮੱਥਾ ਟੇਕਣ ਆਏ ਸੀ ਸਰੋਵਰ ਦੇ ਇਸ਼ਨਾਨ ਤੜਕੇ ਵਾਲੇ, 5 ਇਸ਼ਨਾਨਾਂ ਕਰਨ ਆਉਂਦੇ ਆ, ਉਹਨਾਂ ਨੇ ਦੱਸਿਆ ਵੀ ਇੱਕ ਲਾਸ਼ ਤਰ ਰਹੀ ਆ ਉੱਤੇ, ਅਤੇ ਇੱਥੇ ਚੱਪਲਾਂ ਪਈਆਂ ਸੀ ਦੋ, ਅਤੇ ਕੋਈ ਪੁੱਛਣ ਆਇਆ, ਕਹਿੰਦੇ ਸਾਡੇ ਜਿਹੜੇ ਬੱਚੇ ਡੁੱਬੇ ਉਹਨਾਂ ਦੇ ਮਾਤਾ ਪਿਤਾ ਜਿਹੜੇ ਆਂਢ ਗੁਆਂਢ ਵਾਲੇ, ਉਹ ਕਹਿੰਦੇ ਵੀ ਸਾਡੇ ਬੱਚੇ ਆਏ ਸੀ ਕੱਲ੍ਹ, ਅਸੀਂ 2 ਵਜੇ ਮੁੜ ਕੇ ਲੈ ਗਏ ਸੀ, ਉਹ ਦੁਬਾਰਾ ਆ ਗਏ ਨਹਾਉਣ, ਪਰ ਇੱਧਰ ਦੀ ਨਹੀਂ ਆਏ, ਬੱਚੇ ਨੰਗੇ ਸਿਰ ਹੋਣ ਕਰਕੇ ਕੰਧ ਟੱਪ ਕੇ ਆ ਜਾਂਦੇ। ਕਿੰਨੀ ਉਮਰ ਦੱਸ ਰਹੇ ਬੱਚੇ ਦੇ, ਕੀ ਕਰ ਰਹੇ? ਕੋਈ 10 ਕੁ ਸਾਲ ਅਤੇ 12 ਸਾਲ ਜੀ ਇਹ ਦੱਸ ਰਹੇ ਆ,
ਤੇ ਕੱਪੜੇ ਪਾਏ ਹੋਏ ਸੀਗੇ ਬੱਚਿਆਂ ਦੇ, ਇੱਕ ਬੱਚੇ ਨੂੰ ਕੱਢਦੇ ਸੀਗੇ, ਜਦੋਂ ਕੱਢਦੇ ਸਮੇਂ ਤੇ ਹਲਚੁਲ ਹੋਈ ਜਦੋਂ ਦੂਜਾ ਬੱਚਾ ਵੀ ਉੱਪਰ ਆ ਗਿਆ। ਬਹੁਤ ਹੀ ਮਤਭਾਗੀ ਖਬਰ ਹੈ, ਪਰ ਦੁੱਖ ਦਾ ਅਫਸੋਸ ਬਹੁਤ ਜ਼ਿਆਦਾ। ਬੱਚੇ ਦੱਸਦੇ ਆ 5 ਆਏ ਸੀਗੇ, 3 ਬੱਚਿਆਂ ਨੇ ਦੱਸਿਆ ਨਹੀਂ ਉਹ ਕਿਸ ਤਰੀਕੇ ਨਾਲ ਡੁੱਬੇ। ਇੱਕ ਬੇਟੇ ਦਾ ਨਾਂ ਸਾਹਿਲ ਹੈ, ਇੱਕ ਖੁਸ਼ਪ੍ਰੀਤ, ਸਾਨੂੰ ਤਜਿੰਦਰ ਸਿੰਘ ਵਾਰਡ ਨੰਬਰ 12 ਗਿੱਦੜਵਾਦ ਰਹਿਣ ਵਾਲੇ ਆ। ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਵੀ ਕੱਲ੍ਹ ਸਾਡੇ ਬੱਚੇ ਤੀਆਂ ਦਾ ਤਿਉਹਾਰ ਦੇਖਣ ਗਏ ਸੀ, ਗੁਰੂ ਤੇਗ ਬਹਾਦਰ ਪਾਰਕ ਸੀ ਉਹਦੇ ਵਿੱਚ, ਉੱਥੋਂ ਬਾਅਦ ਦੇ ਵਿੱਚ ਸਾਡੇ ਘਰ ਬੱਚੇ ਵਾਪਸ ਆਏ ਨਹੀਂ ਗਏ। ਸੁਬਾਹ ਸਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਸਾਹਿਬ ਦੇ ਵਿੱਚੋਂ ਇਹਨਾਂ ਦੀ ਡੈੱਡ ਬੋਡੀ ਮਿਲੀ ਆ, ਜਿਹਨਾਂ ਦਾ ਪੋਸਟਮਾਰਟਮ ਕਰਾ ਕੇ ਡੈੱਡ ਬੋਡੀ ਜਿਹੜੀ ਆ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰਨ ਲੱਗੇ। ਉਮਰ ਹੈਗੀ? ਇੱਕ ਦਾ ਨਾਂ ਸਾਹਿਲ ਹੈ, ਜਿਹਦੀ ਉਮਰ ਹੈਗੀ 9 ਸਾਲ, ਖੁਸ਼ਪ੍ਰੀਤ ਆ ਉਹਦੀ ਉਮਰ ਹੈਗੀ 10 ਸਾਲ ਜੀ। ਇਹ ਅਜੇ ਤਾਂ ਪੋਸਟਮਾਰਟਮ ਕਰਾ ਰਹੇ ਜੀ, ਪੋਸਟਮਾਰਟਮ ਤੋਂ ਜਿਹੜੀ ਚਾਹੇ ਸੂਰਤ ਹੋ ਗਈ ਵੈਸੀ ਕਾਰਵਾਈ ਕੀਤੀ ਜਾਵੇਗੀ। ਅਜੇ ਤਾਂ ਫਿਲਹਾਲ ਜਿਹੜਾ ਇਹ ਡੁੱਬਣ ਕਾਰਨ ਹੀ ਲੱਗਦੀ ਮੌਤ ਹੋਈ ਇਹਨਾਂ ਦੀ। ਪਰਿਵਾਰ ਨੇ ਸ਼ੰਕਾ ਜ਼ਾਹਰ ਕੀਤੀ ਹੈ ਵੀ ਬੱਚੇ ਨੇ ਕੱਪੜੇ ਪਾਏ ਹੋਏ ਸੀ, ਨਹਾਉਣ ਤਾਂ ਗਏ ਲੱਗਦੇ ਨੇਗੇ। ਉਹ ਦੇਖਦੇ ਤੁਹਾਨੂੰ ਤਾਂ ਹੀ ਕਹਿ ਰਹੇ ਨੇ ਵੀ ਜਿਵੇਂ ਅੱਗੇ ਸਾਨੂੰ ਪੋਸਟਮਾਰਟਮ ਕਰਾਉਣ ਤੋਂ ਬਾਅਦ 'ਚ ਜਿਹੋ ਜਿਹੀ ਸੂਰਤ ਹੋਈ ਵੈਸੀ ਕਾਰਵਾਈ ਕੀਤੀ, ਜੇ ਕਿਸੇ ਨੇ ਕਾਰਨ ਕੋਈ ਕਿਸੇ ਦੇ ਕੋਈ ਐਲੀਗੇਸ਼ਨ ਲੱਗ ਰਿਹਾ ਜੇ ਸਾਬਤ ਹੁੰਦੇ ਆ ਤਾਂ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਸੀਸੀਟੀਵੀ ਚੱਲ ਰਿਹਾ ਸਰ? ਸੀਸੀਟੀਵੀ ਚੈੱਕ ਕਰ ਰਹੇ ਜੀ, ਇਹਨਾਂ ਦੇ ਬੱਚਿਆਂ ਦਾ 5:24 ਤੇ ਗੁਰਦੁਆਰਾ ਸਾਹਿਬ ਤੋਂ ਜਾਣ ਦੀ ਫੋਟੋ ਆ ਰਹੀ ਆ, ਬਾਕੀ ਚੈੱਕ ਕਰਕੇ ਦੱਸਦੇ ਜਿਵੇਂ।